ਨੰਦ ਆਉਂਦੀ ਹੈ ਕਿਵੇਂ ਬੜੇ ਆਈ ਸਭ ਤੋਂ ਪਹਿਲਾਂ ਮੈਂ ਸੈਭ ਸ਼੍ਰੀ ਗੁਰਦਵਾਰ ਸਾਹਿਬ ਜੀ ਮਹਾਰਾਜਾਂ ਦਾ ਸ਼ੁਕਰਾਨਾ ਕਰਨ ਵਾਸਤੇ ਅੱਜ ਅਸੀਂ ਤਾ ਸ੍ਰੀ ਦਮਨਵਾ ਸਾਹਿਬ ਕੇ ਨਤਮਸਤਕ ਹੋਏ ਆ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜੀ ਦਾ ਸਰਦਾਰ ਬਲਵਿੰਦਰ ਸਿੰਘ ਜੀ ਭੂਨਰ ਜੀ ਦਾ ਸਰਦਾਰ ਸ਼ਿਕੰਦਰ ਸਿੰਘ ਜੀ ਮਲੂਕਾ ਜੀ ਦਾ ਜਿਨ੍ਹਾਂ ਨੇ ਸਾਨੂੰ ਮੇਰੇ ਦੁਆਰਾ ਮਾਨ ਬਖਸ਼ਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਦੇ ਵਿੱਚ ਦਵਾਰੇ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਪਾਰਟੀ ਪ੍ਰਧਾਨ ਦਾ ਤੇ ਸੋਚੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਬੜੀਆਂ ਚੁਣੌਤੀਆਂ ਨੇ ਮੁਸ਼ਕਲਾਂ ਵੀ ਆ ਗਈਆਂ ਨਵੀਂ ਐਗਜ਼ੀਕਟਿਵ ਚੁਣੀ ਗਈ ਹੈ ਕੀ ਰੋ ਇਸ ਵਾਰ ਖਾਸ ਕੋਈ ਚੁਣੌਤੀਆਂ ਨਹੀਂ ਜੀ ਜਦੋਂ ਅਸੀਂ ਇੱਕ ਮੁੱਠਾ ਚੁਣੌਤੀਆਂ ਉਦੋਂ ਹੁੰਦੀਆਂ ਜਦੋਂ ਅਸੀਂ ਪਾਰਟਦੇ ਆ ਪਿਛਲੀ ਐਗਜ਼ੀਕਟਿਵ ਨਾਲੋਂ ਜੋ ਪਿਛਲੀ ਚੋਣ ਹੋਈ ਸੀਗੀ ਉਹਦੇ ਨਾਲੋਂ ਸ਼੍ਰੋਮਣੀ ਕਾਲੀ ਦਲ ਨੂੰ ਵੱਧ ਵੋਟਾਂ ਪੰਜਰ ਵਿਰੋਧੀ ਧਿਰ ਨੂੰ ਬਹੁਤ ਘੱਟ ਵੋਟਾਂ ਪਈਆਂ ਜਦੋਂ ਕਿ 42 ਵੋਟਾਂ ਪਿਛਲੇ ਵਾਰ ਪੰਜਾਂ ਸੀਗਿਆ ਅਤੇ ਕਿ 17 ਨਾਲ ਹੀ ਉਹਨਾਂ ਨੂੰ ਸਰਵਰ ਕਰਨਾ ਪਿਆ ਚੁਣੌਤੀਆਂ ਘਟਦੀਆਂ ਜਾ ਰਹੀਆਂ ਹਨ ਸ਼੍ਰੋਮਣੀ ਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੂਝਵਾਨ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਬੜੇ ਸਜੇ ਢੰਗ ਨਾਲ ਸੇਵਾ ਨਿਭਾ ਰਹੇ ਹਨ ਜਿਹੜੀਆਂ ਚੁਣੌਤੀਆਂ ਪੰਥ ਮੂਰੇ ਹੁੰਦੀਆਂ ਉਹਨਾਂ ਨੂੰ ਉਹ ਦੂਰ ਕਰਨ ਦੇ ਵਿੱਚ ਸਫਲ ਹੋ ਰਹੇ ਤਾਂ ਸਭ ਤੋਂ ਪਹਿਲਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਤੇ ਸਮੁੱਚੀ ਸੰਗਤ ਦਾ ਪਾਰਟੀ ਪ੍ਰਧਾਨ ਸਦਾ ਸੁਖਵੀਰ ਸਿੰਘ ਬਾਦਲ ਜੀਾਂ ਦਾ ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਮੈਨੂੰ ਸਿੱਖ ਆਉਂਦੇ ਸਭ ਤੋਂ ਵੱਡੇ ਮਿੰਨੀ ਪਾਰਲੀਮੈਂਟ કહે ਜਾਂਦਾ ਹਾਊਸ ਦਾ ਐਜੈਕਟਿਵ ਦੇ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਜਿੱਥੇ ਪਾਰਟੀ ਦਾ ਸੰਗਤ ਦਾ ਧੰਨਵਾਦ ਕਰਦਾ ਉੱਥੇ ਨਾਲ ਹੀ ਵਿਸ਼ਵਾਸ ਦਿਵਾਉਣਾ ਕਿ ਜਿਸ ਤਰ੍ਹਾਂ 2011 ਤੋਂ ਲੈ ਕੇ ਅੱਜ ਤੱਕ ਜੋ ਤੁਸੀਂ ਸੇਵਾ ਬਖਸੀ ਸੀ ਉਹਦੀ ਤਨਦੇਹੀ ਨਾਲ ਸੇਵਾ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ ਇਸੇ ਤਰ੍ਹਾਂ ਇਸ ਕਾਰਜਕਾਲ ਦੇ ਵਿੱਚ ਵੀ ਵੱਧ ਚੜ ਕੇ ਸਮਾਜ ਦੀ ਕੌਮ ਦੀ ਪੰਥੀ ਸੇਵਾ ਕਰਨ ਦਾ ਗੁਰੂ ਮਹਾਰਾਜ ਜਿੱਥੇ ਬਲ ਬਖਸ਼ੇ ਉੱਥੇ ਮੈਂ ਵਿਸ਼ਵਾਸ ਵੀ ਦਵਾਉਣਾ ਹੈ ਪਹਿਲਾਂ ਕੈਂਪ ਵੀ ਲਾਉਂਦੇ ਰਹੇ ਹਾਂ ਹੋਰ ਕਰਦੇ ਨੇ ਨਵੀਂ ਐਕਟੀਵਿਟੀਆਂ ਹੋਣਗੀਆਂ ਹਾਂਜੀ ਪਹਿਲਾਂ ਜਿੱਥੇ ਹਲਕਾ ਪੱਧਰ ਤੇ ਸੇਵਾ ਨਿਭਾ ਰਹੇ ਸੀ ਉੱਥੇ ਹੁਣ ਸਮੁੱਚੀ ਜੈਕਟਿਵ ਦੇ ਵਿੱਚ ਬੈਠ ਕੇ ਜਿਸ ਤਰ੍ਹਾਂ ਸਮੁੱਚੇ ਹਾਊਸ ਨੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀਆ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਜਿੰਦਰ ਹਜਿੰਦਰ ਸਿੰਘ ਧਾਮੀ ਜੀਆ ਨੇ ਮਹਿਸੂਸ ਕੀਤਾ ਕਿ ਸੈਂਟਰ ਤੇ ਸੂਬਾ ਸਰਕਾਰ ਰਲ ਕੇ ਜੋ ਇੱਕ ਬੜੀ ਸਿੱਖਾਉਂਦੇ ਖਿਲਾਫ ਸ਼ਾਸਨ ਕਰ ਰਹੀ ਹੈ ਜੋ ਆ ਪਾਰਲੀਮੈਂਟ ਦੇ ਸ਼੍ਰੋਮਣੀ ਕਮੇਟੀ ਦੇ ਹਾਊਸ ਵਾਸਤੇ ਨਵੀਂ VOTING ਪ੍ਰਕਿਰਿਆ ਵੋਟਾਂ ਵੱਲ ਰਹੀਆਂ ਉਹਦੇ ਵਿੱਚ ਜਿਵੇਂ ਸਮੇਂ ਦੀ ਅੱਦਵੰਦੀ ਘੱਟ ਕੀਤੀ ਐ ਸਮਾਂ ਘੱਟ ਦਿੱਤਾਗਾ ਅਤੇ ਹੋਰ ਵੀ ਜੋ ਅੜਚਨਾ ਆ ਰਹੀਆਂ ਜੋ ਮਹਿਸੂਸ ਕਰ ਰਹੇ ਆ ਕਿ ਪੂਰੀ ਕੌਮ ਨੂੰ ਇਹ ਚੁਣੌਤੀ ਦੇ ਰਹੀਆਂ ਦੋਨੋਂ ਸਰਕਾਰਾਂ ਦੀ ਨੀਅਤ ਚ ਖੋਟ ਐ ਸੋ ਉਹ ਚੁਣੌਤੀਆਂ ਨਾਲ ਜਿੱਥੇ ਅਸੀਂ ਪ੍ਰੋਰਟੀ ਤੇ ਨਜਿੱਠਣਾਗਾ ਉਥੇ ਹੋਰ ਵੀ ਜੋ ਚੁਣੌਤੀਆਂ ਨੇ ਜਿਵੇਂ ਮੈਥੋਂ ਪਹਿਲਾਂ ਬੰਗੀ ਸਾਹਿਬ ਨੇ ਦੱਸਿਆ ਕਿ ਪਹਿਲੀ ਵੱਡੀ ਪ੍ਰਾਪਤਤਾ ਇਹ ਐ ਹਰਜਿੰਦਰ ਸਿੰਘ ਧਾਮੀ ਜਿਆਂ ਦੀ ਕਿ ਇਸ ਨੂੰ ਸਾਡੇ ਬਖਰੇਵੇਂ ਸੀ ਪਿਛਲੀ ਵਾਰ ਸਾਡੇ ਚੋਂ 42 ਮੈਂਬਰ ਸੰਤੁਸ਼ਟ ਨਹੀਂ ਸੀ ਕਿ ਸਾਡੀ ਕਾਰਜ ਪ੍ਰਣਾਲੀ ਤੋਂ ਇਹ ਅੱਜ ਉਹਨਾਂ ਚੋਂ ਘਟ ਕੇ 17 ਰਹਿ ਗਈ ਮੈਂ ਸਮਝਦਾ तकरीबन 22-23 ਮੈਂਬਰ ਜਦੋਂ اپੋਜੀਸ਼ਨ ਚੋਂ ਨਾ ਲਾਉਣ ਤਾਂ ਆਪਸ ਦੇ ਵਿੱਚ ਬਹਿ ਕੇ ਅਸੀਂ ਇੱਕ ਸੁਰ ਹੋਏ ਹਾਂ ਤੇ ਸਰਕਾਰਾਂ ਨਾਲ ਲੜਨ ਦੇ ਕਾਬਿਲ ਹੋਏ ਹਾਂ ਅਸੀਂ ਸਰਕਾਰਾਂ ਨੂੰ ਜ਼ਰੂਰ ਇਹ ਮਸਲਿਆਂ ਤੇ ਲੜਾਈ ਲੜ ਕੇ ਬੰਦੀ ਸਿੰਘਾਂ ਦੀ ਲੜਾਈ ਲੜ ਕੇ ਜਾਂ ਹੋਰ ਧਰਮ ਪ੍ਰਚਾਰ ਦੇ ਖੇਤਰ ਕਰਕੇ ਇਹ ਹਾਊਸ ਦੀ ਜ਼ਿੰਮੇਵਾਰੀ ਨਿਭਾਵਾ